ਅੰਮ੍ਰਿਤਸਰ ਵਿਖੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਲਾਏ ਗਏ ਗਿੱਧੇ ਭੰਗੜੇ ਦੇ ਬੁੱਤਾਂ ਉੱਪਰ ਸਿੱਖ ਭਾਈਚਾਰੇ ਵੱਲੋਂ ਉਠਾਏ ਗਏ ਇਤਰਾਜ਼ ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਹ ਬੁੱਤ ਇੱਥੋਂ ਹਟਾਉਣ ਅਤੇ ਸ਼ਹਿਰ ਵਿੱਚ ਹੋਰ ਕਿਸੇ ਢੁਕਵੀਂ ਥਾਂ ਤੇ ਲਾਉਣ ਦੇ ਹੁਕਮ ਦਿੱਤੇ ਹਨ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਬੁੱਤ ਸਰ ਵਿੱਚ ਕਿਸੇ ਹੋਰ ਥਾਂ ਸਥਾਪਿਤ ਕਰਨ ਦੇ ਸੰਦਰਭ ਵਿੱਚ ਪਹਿਲਾਂ ਹੀ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਹਾਂਜੀ, ਅੱਜ ਦਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਹੋਇਆ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਖੁਦ ਆਪ ਵਰਤੇ ਨੇ, ਉਹਨਾਂ ਨੇ ਸਿਰ 'ਤੇ ਹੱਥ ਰੱਖ ਕੇ ਆਪ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਸਾਡੇ ਹੱਕ ਦੇ ਵਿੱਚ ਫੈਸਲਾ ਦਵਾਇਆ। ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਬਹੁਤ ਵਧੀਆ ਇਹਨਾਂ ਨੇ ਸ਼ਲਾਘਾਯੋਗ ਕੰਮ ਕੀਤਾ। ਅਸੀਂ ਵੀ ਚਾਹੁੰਦੇ ਸੀ ਕਿ ਜਿਹੜਾ ਕੰਮ ਹੈ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਹੋਣਾ ਚਾਹੀਦਾ ਵਾ, ਅਤੇ ਇਹ ਬਹੁਤ ਹੀ ਸ਼ਲਾਘਾਯੋਗ ਉਹਨਾਂ ਨੇ ਕਦਮ ਚੁੱਕਿਆ। ਬਾਕੀ ਇੱਕ ਬੇਨਤੀ ਅਸੀਂ ਹੋਰ ਕਰਦੇ ਹਾਂ ਕੈਪਟਨ ਸਾਹਿਬ ਨੂੰ ਕਿ ਕੈਪਟਨ ਸਾਹਿਬ, ਜਿਵੇਂ ਤੁਸੀਂ ਇਹਨਾਂ ਬੁੱਤਾਂ ਦੇ ਉੱਪਰ ਬਿਲਕੁਲ ਸਹੀ ਫੈਸਲਾ ਲਿਆ ਨਾ, ਅਤੇ ਕਿਤੇ ਗੁਰੂ ਸਾਹਿਬ ਕਿਰਪਾ ਕਰਨ ਤਾਂ ਸਾਨੂੰ ਜੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਜੋ ਬਾਈਬਲ ਕਲਾਂ ਗੋਲੀ ਕਾਂਡ ਉਹਦਾ ਵੀ ਸਾਨੂੰ ਇਸੇ ਤਰ੍ਹਾਂ ਹੀ ਨਤੀਜਾ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਸਾਹਮਣੇ ਲਿਆ ਕੇ ਅਤੇ ਆਪਣਾ ਮਾਨ ਸਨਮਾਨ ਬਿਲਕੁਲ ਬਹਾਲ ਕਰੋ ਸਿੱਖ ਸੰਗਤਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੇਲ੍ਹਾਂ ਦੇ ਅੰਦਰ ਜਿਹੜੇ ਸਾਡੇ ਬੱਚੇ ਬੰਦ ਨੇ ਉਹਨਾਂ ਨੂੰ ਵੀ ਬਿਲਕੁਲ ਰਿਹਾਅ ਕੀਤਾ ਜਾਵੇ। ਜਦੋਂ ਤੱਕ ਸਾਡੇ ਬੱਚੇ ਰਿਹਾਅ ਨਹੀਂ ਹੁੰਦੇ ਜੇਲ੍ਹਾਂ ਦੇ ਅੰਦਰੋਂ, ਇਹ ਚੀਜ਼ ਨੂੰ ਇੱਥੋਂ ਹਟਾ ਨਹੀਂ ਦਿੰਦੇ, ਸਾਡਾ ਮੋਰਚਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮੁਹੰਮਦ ਯੂਸਫ ਮਲਿਕ ਹੈ। ਅੱਜ ਅਸੀਂ ਸਿੱਖ ਮੁਸਲਿਮ ਸਾਂਝਾ ਔਰ ਅਕਾਲ ਖਾਲਸਾ ਦਲ ਦੇ ਰਹਿਨੁਮਾਈ ਦੇ ਵਿੱਚ ਭਾਈ ਬਲਬੀਰ ਸਿੰਘ ਮੁੱਛਲ ਜੀ ਨੇ ਜੋ ਇੱਥੇ ਮੋਰਚਾ ਲਾਇਆ, ਅੱਜ ਅਸੀਂ ਇੱਥੇ ਮੋਰਚੇ ਦੇ ਉੱਤੇ ਡਟ ਕੇ ਸਵੇਰ ਦੇ ਹੀ ਬੈਠੇ ਸੀ, ਜੋ ਕਿ ਮੁਸਲਮਾਨ ਭਾਈਚਾਰੇ ਦੀ ਵੀ ਹਮਾਇਤ ਰਹੀ ਹੈ। ਸਿੱਖ ਭਾਈਚਾਰੇ ਨੂੰ, ਸਿੱਖ ਭਾਈਚਾਰੇ ਦੀ ਹਮਾਇਤ ਰਹਿੰਦੀ ਹੈ ਹਮੇਸ਼ਾ ਹੀ ਮੁਸਲਮਾਨ ਭਾਈਚਾਰੇ ਨੂੰ, ਉਹ ਸਾਡੀਆਂ ਸਾਂਝਾਂ ਨੂੰ ਦੇਖਦੇ ਹੋਏ, ਅਸੀਂ ਗੁਰੂਆਂ ਸਾਹਿਬਾਂ ਦੀਆਂ ਸਾਂਝਾਂ ਤੋਂ ਦੇਖਦੇ ਹੋਏ ਅੱਜ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠੇ ਸੀ, ਜੋ ਕਿ ਸਰਕਾਰ ਨੇ ਅੱਜ ਅਸੀਂ ਅਲਟੀਮੇਟ ਹੁਣੇ ਦੇਖ ਰਹੇ ਹਾਂ ਮੀਡੀਆ ਦੁਆਰਾ ਕਿ ਸਰਕਾਰ ਨੇ ਬੁੱਤ ਲਾਹਣ ਦਾ ਇੱਥੇ ਮੈਮੋਰੈਂਡਮ ਦਿੱਤਾ ਹੈ ਕਿ ਨਾਲ ਜਿਹੜੇ ਨੇ ਜਿਨ੍ਹਾਂ ਸਾਡੀਆਂ ਲੜਕਿਆਂ ਦੇ ਉੱਤੇ ਜਿਨ੍ਹਾਂ ਨੇ ਤੋੜ ਭੰਨ ਕੀਤੀ, ਉਹਨਾਂ ਦੇ ਝੂਠੇ ਪਰਚੇ ਪਾਏ ਸੀਗੇ, ਉਹ ਵੀ ਰੱਦ ਕੀਤੇ ਜਾਣਗੇ। ਲੇਕਿਨ ਅਸੀਂ ਉਨੀ ਦੇਰ ਤੱਕ ਨਹੀਂ ਮੰਨਦੇ ਜਿੰਨੀ ਦੇਰ ਤੱਕ ਉਹ ਰਿਹਾਅ ਨਹੀਂ ਕੀਤੇ ਜਾਂਦੇ ਜਾਂ ਜਿਹੜੇ ਇੱਥੋਂ ਬੁੱਤ ਨਹੀਂ ਹਟਾਏ ਜਾਂਦੇ। ਇਹ ਕਿਉਂਕਿ ਸਰਕਾਰ ਦੀਆਂ ਸਾਜ਼ਿਸ਼ਾਂ ਵੀ ਹੋ ਸਕਦੀਆਂ, ਜਿਸ ਤਰ੍ਹਾਂ ਕਿ ਪਹਿਲਾਂ ਵੀ ਸਰਕਾਰ ਕਈ ਵਾਅਦੇ ਕਰਕੇ ਭੁੱਲ ਜਾਂਦੀ ਹੈ, ਸੋ ਜਾਂਦੀ ਹੈ, ਇਹ ਨਾ ਹੋਵੇ ਇੱਥੇ ਵੀ ਧੋਖਾ ਹੋ ਜਾਵੇ। ਨਹੀਂ ਜੀ, ਮੋਰਚਾ ਅਸੀਂ ਉਨਾ ਚਿਰ ਤੱਕ ਨਹੀਂ ਇੱਥੋਂ ਚੁੱਕਾਂਗੇ ਜਿੰਨਾ ਚਿਰ ਤੱਕ ਜਿਹੜੇ 10 ਸਿੰਘ ਨੇ ਜੇਲ੍ਹ ਵਿੱਚ ਬੰਦ ਕੀਤੇ ਨੇ ਉਹ ਸਾਡੇ ਕੋਲ ਆ ਨਹੀਂ ਜਾਂਦੇ ਇੱਥੇ ਮੋਰਚੇ ਦੇ ਵਿੱਚ। ਦੂਸਰਾ, ਜਿੰਨੇ ਚਿਰ ਬੁੱਤਾਂ ਨੂੰ ਜੇ ਤਾਂ ਕਾਹਲੀ ਚੁੱਕਣ ਦੀਆਂ ਕੋਈ ਤਿਆਰੀਆਂ ਕਰ ਸਕਦੇ ਠੀਕ ਆ, ਨਹੀਂ ਤਾਂ ਇਹਨਾਂ ਨੂੰ ਕਵਰ ਕੀਤਾ ਜਾਵੇ। ਜੇਕਰ ਕਵਰ ਕੱਲ੍ਹ ਕਰ ਦਿੰਦੇ ਆ, 10 ਸਿੰਘ ਰਿਹਾਅ ਕਰਕੇ ਸਾਡੇ ਕੋਲ ਆ ਜਾਂਦੇ ਆ, ਫਿਰ ਅਸੀਂ ਮੋਰਚਾ ਚੁੱਕਾਂਗੇ। ਮੋਰਚਾ ਜਿਉਂ ਦੀ ਤਿਉਂ ਜਾਰੀ ਰੱਖਾਂਗੇ। ਅਸੀਂ ਧਰਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ, ਉਹਨਾਂ ਨੇ ਕਿਹਾ ਜੋ ਇਹਨੂੰ ਹਟਾ ਦਿੱਤਾ ਜਾਏਗਾ, ਉਹਦੇ ਲਈ ਤੁਹਾਨੂੰ ਕੀ ਚਾਹੀਦਾ ਹੋਏਗਾ ਕਿ ਧਰਾਵਾਂ ਹਟ ਗਈਆਂ ਨੇ ਕੀ? ਧਰਾਵਾਂ ਹਟਣ ਦਾ ਇੱਥੋਂ ਲੱਗਣਾ ਵਾ ਕਿ ਪਰਚਾ ਜਿਹੜਾ ਕੈਂਸਲ ਕਰਕੇ ਜਦੋਂ ਮੁੱਖ ਮੰਤਰੀ ਨੇ ਆਰਡਰ ਕਰ ਦਿੱਤੇ, ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਪਬਲਿਕ ਦੀ ਜਾਂ ਸੰਗਤ ਦੀ ਆਵਾਜ਼ ਨੂੰ ਸੁਣ ਲਿਆ। ਮੈਂ ਕਹਿੰਦਾ ਇੰਨਾ ਕੁ ਹੋ ਗਿਆ ਕਿ ਜਿਹੜਾ ਰਾਜਾ ਹੁੰਦਾ ਵਾ ਜਾਗ ਪਿਆ ਵਾ, ਪਰਜਾ ਦੀ ਗੱਲ ਨੂੰ ਸੁਣ ਲਿਆ। ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਜਥੇਦਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਮੰਗ ਪੱਤਰਾਂ ਦੇ ਸੰਦੇਸ਼ ਉਸ ਵੇਲੇ ਜਾਰੀ ਕੀਤੇ, 3 ਮੈਂਬਰੀ ਕਮੇਟੀ ਬਣਾਈ। 3 ਮੈਂਬਰੀ ਕਮੇਟੀ ਨੇ ਗੁਰੂ ਘਰ ਦੇ ਪਹਿਲੇ ਕਾਰਜ ਜਿਹੜੇ ਸਮਝ ਕੇ ਕਿ ਪਹਿਲ ਦੇ ਆਧਾਰ 'ਤੇ ਜੋ ਰਜਿੰਦਰ ਸਿੰਘ ਮਹਿਤਾ, ਡਾਕਟਰ ਰੂਪ ਸਿੰਘ ਜੀ ਅਤੇ ਨਿਰਮਲ ਸਿੰਘ ਜੀ, ਇਹ ਤਿੰਨਾਂ ਨੇ ਬਹੁਤ ਉਦਮ ਦੇ ਨਾਲ ਛੇਤੀ ਹੀ ਜਿਹੜੇ ਆਪਣੇ ਮੁੱਖ ਮੰਤਰੀ ਆ ਉਹਨਾਂ ਨੂੰ ਜਾ ਕੇ ਇਹ ਲੈਟਰ ਭੇਜੇ, ਦਿੱਤੇ, ਉਹਨਾਂ ਨਾਲ ਗੱਲਬਾਤ ਕੀਤੀ, ਉਸ ਵੇਲੇ ਸੰਦੇਸ਼ ਜਾਰੀ ਹੋਏ ਆ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ।